ਪੰਜਾਬ ਦਿਨੋ ਦਿਨ ਨਸ਼ੇ ਦੇ ਦਲਦਲ ਦੇ ਵਿੱਚ ਤਸਦਦਾਤਾ ਜਾ ਹੀ ਰਿਹਾ ਹੈ ਉੱਥੇ ਹੀ ਪੰਜਾਬ ਪੁਲਿਸ ਦੀ ਪੋਲਾ ਵੀ ਖੁੱਲਦੀਆਂ ਹੋਈਆਂ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਦਿਨ ਪ੍ਰਤੀ ਦਿਨ ਇਹ ਮਾਮਲੇ ਵਧੇ ਜਾ ਰਿਹਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਦੀਆਂ ਖਬਰਾਂ ਰੋਜ਼ਾਨਾ ਹੀ ਨਸ਼ਰ ਹੁੰਦੀਆਂ ਨੇ ਪਰ ਇੱਕ ਮਾਮਲਾ ਬੇहद ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿ ਪੰਜਾਬ ਪੁਲਿਸ ਦੀ ਪੋਲਾ ਵੀ ਖੁੱਲ ਰਹਾ ਹੈ ਇਹ ਮਾਮਲਾ ਦਰਅਸਲ ਦਾ ਸੀਐਚ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹ ਵੱਡੇ ਵੱਡੇ ਦਾਅਵੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਅਸਥਿਤਾਨ ਨਕੀਲ ਜ਼ਰੂਰ ਕਸ ਰਹੇ ਹਨ ਨਸ਼ੇ ਤੇ ਪਰ ਉੱਤੇ ਹੀ ਇਹ ਰਿਪੋਰਟ ਜਿਹੜੀ ਹੈ ਉਹ ਇਹਨਾਂ ਦਾਅਵਿਆਂ ਦੀ ਪੂਲ ਜ਼ਰੂਰ ਖੋਲ ਰਹੀ ਹੈ ਬਾਸ ਕਰਦੀ ਇਹ ਰਿਪੋਰਟ ਹੈ ਦੱਸਦੀ ਹੈ ਨਾ ਮੌਕੇ ਤੇ ਗਵਾਹ ਬਨਾਇਆ ਨਾ ਗਜਟਡ ਅਫਸਰ ਨੂੰ ਭੁਲਾਇਆ ਇਹ 4 ਤੱਕ ਸਾਬਿਤ ਨਾ ਹੋਈ ਤੇ ਹੁਣ ਪੁਲਿਸ ਨੇ ਦੋ ਨਸ਼ਾ ਤਸਕਰ ਬਰੀ ਕਰ ਦਿੱਤੇ ਨੇ ਜੀਆਂ ਆਪੋ ਆਪਣੇ ਵਿੱਚ ਇੱਕ ਵੱਡਾ ਮਾਮਲਾ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਹ ਗੱਲ ਆਖਿਆ ਜਾਂਦੀ ਹੈ ਕਿ ਅਸੀਂ ਤਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਪੂਰਨ ਤੌਰ ਤੇ ਖਤਮ ਕਰ ਦਵਾਂਗੇ ਪਰ ਇਸ ਤਰੀਕੇ ਦੇ ਨਾਲ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਅਕਦਾ ਹੋਇਆ ਨਜ਼ਰ ਆ ਰਿਹਾ ਹੈ ਗਲ ਕਾਲੀਏ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦੀ ਸਖਤ ਕਾਰਵਾਈ ਦੀ ਹੁਣੇ ਤਾਂ ਵੱਡੀਆਂ ਔਪੋਲਾ ਖੁੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਜਿਸ ਤਰੀਕੇ ਦੇ ਨਾਲ ਨਾਮਜ਼ਦ આરોપીਾਂ ਦੇ ਖਿਲਾਫ ਸਬੂਤ ਨਾ ਮਿਲਣ ਤੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਮਾਮਲਾ ਦੱਸ ਦਿੰਦੇ ਆ 1 ਸਤੰਬਰ 217 ਦਾ ਇਹ ਮਾਮਲਾ ਹੈ ਤਕਰੀਬਨ 9:30 ਵਜੇ ਨੇ ਬਠਿੰਡਾ ਸ਼ਹਿਰ ਹੈ ਤੇ ਉੱਥੇ ਪੁਲਿਸ ਦੇ ਵਿੱਚ ਇਹ ਐਕਸਾਈਲ ਪਿਵਾਗ ਦੀ ਟੀਮ ਖੜੀ ਹੁੰਦੀ ਹੈ ਮੁਹੱਲੇ ਦੇ ਵਿੱਚ ਤੇ ਮੌਕੇ ਤੇ ਅਚਾਨਕ ਹੀ ਕਾਰ ਆਂਦੀ ਹੈ ਪੁਲਿਸ ਇਸ਼ਾਰਾ ਕਰਦੀ ਹੈ ਕਾਰ ਨੂੰ ਰੁਕ ਜਾਵੇ ਕਾਰ ਸਵਾਰ ਜਿਹੜੇ ਨੇ ਪੁਲਿਸ ਨੂੰ ਦੇਖ ਕੇ ਡਰ ਜਾਂਦੇ ਨੇ ਮੌਕੇ ਤੇ ਹੀ ਭੱਜ ਜਾਂਦੇ ਨੇ ਇਸੇ ਨਾਲ ਹੀ ਕਾਰ ਦੇ ਵਿੱਚ ਕਾਫੀ ਚੀਜ਼ਾਂ ਮੌਜੂਦ ਹੁੰਦੀਆਂ ਨੇ ਜਿਸ ਦੇ ਵਿੱਚ ਤਲਾਸ਼ੀ ਦੇ ਵਿੱਚ ਪਤਾ ਚੱਲਦਾ ਹੈ ਕਿ ਪੰਜ ਸੀਟ ਦੇ ਵਿੱਚ ਪੰਜ ਔਰ ਡਿੱਗੀ ਦੇ ਵਿੱਚ 6 ਪਲਾਸਟਿਕ ਦੇ ਗੱਟੇ ਹੁੰਦੇ ਆ ਤੇ 11 ਗੱਟੇ ਕੁੱਲ ਹੁੰਦੇ ਨੇ ਜਿਸ ਦੇ ਵਿੱਚ 100 55 ਕਿਲੋ ਡੋਡਾ ਪੋਸਤ ਬ੍ਰਾਮਤ ਹੁੰਦਾ ਹੈ ਪੁਲਿਸ ਇਸ ਗੱਡੀ ਦੀ ਇੱਕ ਬੀਮਾ ਕਾਪੀ ਐਫੀਡੇਵਿਟ ਤਤਥ ਸਰਵਿਸ ਬੁੱਕ ਨੂੰ ਵੀ ਬ੍ਰਾਮਤ ਕਰਦੀ ਹੈ ਇਸ ਨਾਲ ਹੀ ਖਬਰ ਦੇ ਮੁਤਾਬਿਕ ਜਿਹੜੀ ਉਕਤ ਗੱਡੀ ਨੰਬਰ ਪੀਵੀ 19 ਪੀ 6066 ਦਾ ਹੈ ਪਰ ਗੱਡੀ ਦੇ ਉੱਪਰ ਨੇਮ ਪਲੇਟ ਨਹੀਂ ਲੱਗੀ ਹੁੰਦੀ ਇਸ ਨਾਲ ਹੀ ਮੌਕੇ ਤੇ ਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿੱਤਾ ਜਾਂਦਾ ਹੈ ਪੁਲਿਸ ਨੇ ਲਾਲ ਸਿੰਘ ਵਾਸੀ ਬਰਨਾਲਾ ਮੰਡੀ ਮੋੜ ਦੇ ਵਾਸੀ ਰੋਸ਼ਨ ਦੇ ਬਿਆਨਾਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਲੇਕਿਨ ਟ੍ਰਾਇਲ ਦੇ ਵਿੱਚ ਪੁਲਿਸ ਨਾ ਤਾਂ ਪਹਿਚਾਣ ਨੂੰ ਸਾਬਤ ਕਰ ਪਾਈ ਹੈ ਕਿ ਮੌਕੇ ਤੇ ਕਿਹੜੇ ਲੋਕੀ ਮੌਜੂਦ ਸਨ ਤੇ ਨਾ ਹੀ આરોપીਆ ਦੇ ਸੰਬੰਧਿਤ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰ ਪਾਈ ਹੈ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਕਈ ਅਜੇਹੇ ਕਾਰਨਾਮੇ ਕੀਤੇ ਗਏ ਜੋ ਕਾਫੀ ਜ਼ਿਆਦਾ ਸਵਾਲ ਖੜੇ ਕਰਦਾ ਹੈ ਪੁਲਿਸ ਨੇ ਰਿਕਵਰੀ ਦੇ ਸਮੇਂ ਨਾ ਗਸ਼ਟਡ ਅਫਸਰ ਬੁਲਾਇਆ ਤੇ ਨਾ ਹੀ ਪ੍ਰਾਈਵੇਟ ਗਵਾਹ ਨੂੰ ਸ਼ਾਮਿਲ ਕੀਤਾ ਪੁਲਿਸ ਨੇ ਸੀਕ੍ਰੇਟ ਇਨਫੋਰਮੇਸ਼ਨ ਅ ਪੁਲਿਸ ਨੂੰ ਇਸ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਲੇਕਿਨ ਇਸ ਦੀ ਡੀਡੀਆਰ ਨਹੀਂ ਕੱਟੀ ਗਈ ਜੋ ਕਾਫੀ ਜ਼ਿਆਦਾ ਮੌਕੇ ਤੇ ਜ਼ਰੂਰੀ ਸੀ ਪੁਲਿਸ ਦੇ ਮੁਤਾਬਿਕ 11 ਬੋਰੀਆਂ ਭੁੱਕੀ ਬਰਾਮਦ ਹੋਈ ਸੀ ਜਿਸ ਦੇ ਵਿੱਚ ਦੋ ਬੋਰੀਆਂ ਅੱਗੇ ਦੀ ਸੀਟ ਅਤੇ ਨੋ ਕਰਤੀ ਡਿੱਗੀ ਦੇ ਵਿੱਚ ਜਦਕਿ ਰਿਕਵਰੀ ਦੇ ਸਮੇਂ ਰੁਕੀ ਸੀ ਤਾਂ ਉਸ ਵੇਲੇ ਕਿਹਾ ਸੀ ਕਿ 11 ਗੱਟੇ ਬਰਾਮਤ ਸੀ ਏਵੀ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਹੋ ਰਿਹਾ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਕਿਹਾ ਜਾ ਰਿਹਾ ਕਿ 11 ਗੱਟੇ ਤੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਪੁੱਕੀ ਦੀਆਂ ਜਿਹੜੀ 11 ਬូរੀਆਂ ਬਰਾਮਦ ਹੋਈਆਂ ਸੀ ਇਸ ਦੇ ਵਿੱਚ ਵੀ ਕਾਫੀ ਜ਼ਿਆਦਾ ਗੜਬੜੀ ਕੀਤੀ ਗਈ ਹੈ ਇਸ ਨਾਲ ਹੀ ਪੁਲਿਸ ਨੇ ਕਹਿਣਾ ਹੈ ਕਿ આરોપીਆਂ ਨੂੰ ਜਿਹੜੇ ਕਾਰ ਛੱਡ ਕੇ ਭੱਜ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਜ਼ਰੂਰ ਕੀਤਾ ਗਿਆ ਪਰ ਉਹਨਾਂ ਦੀ ਸ਼ਰਨਾਖਤ ਨਹੀਂ ਹੋ ਪਾਈ ਹੈ ਇਸ ਸਮੇਂ ਜਿਹੜੇ આરોપી ਹੈ ਕਾਰ ਛੱਡ ਕੇ ਭੱਜੇ ਸਨ 6 ਤੋਂ 7 ਪੁਲਿਸ ਕਰਮੀ ਮੌਕੇ ਤੇ ਮੌਜੂਦ ਸਨ ਤੇ ਉਹਨਾਂ ਦੇ ਆਪਸ ਦੇ ਵਿੱਚ ਸਲਾਹ ਵੀ ਸੀ ਪਰ ਇਸ ਦੇ ਬਾਵਜੂਦ ਉਹ ਕਿਵੇਂ ਭੱਜਣ ਦੇ ਵਿੱਚ ਕਾਮਯਾਬ ਹੋ ਪਾਏ ਨੇ ਤੇ ਬਾਅਦ ਵਿੱਚ ਪੁਲਿਸ ਨੇ ਕਿਵੇਂ ਉਹਨਾਂ ਨੂੰ ਫੜ ਵੀ ਲਿਆ ਨਾਹੀਂ ਪੁਲਿਸ ਦਾ ਉਹਨਾਂ ਨੂੰ ਸਾਬਿਤ ਕਰ ਪਾਈ ਹੈ ਉਹਨਾਂ ਦੇ ਨਾਮਜ਼ਦ ਕਰ ਪਾਈ ਹੈ ਪਰ ਇਹ ਵੀ ਆਪੋ ਆਪਣੇ ਸਵਾਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਤੇ ਪਾਸੇ ਕਹਿ ਰਿਹਾ ਕਿ 11 ਪੁੱਕੀ ਦੀਆਂ ਬੋਰੀਆਂ ਬਰਾਮਦ ਹੋਈਆਂ ਕਿਸੇ ਪਾਸੇ ਕਹਿ ਰਿਹਾ ਕਿ ਜਿਹੜੇ ਹੈ ਕਿ ਪੁੱਕੀ ਦੇ ਬਰਾਮਦ ਹੋਏ ਕਿਤੇ ਵਸ ਕਹਿ ਰਿਹਾ 11 ਗੱਟੇ ਡੋਡੇ ਬਰਾਮਦ ਹੋਏ ਇਹ ਵੀ ਆਪਣੇ ਆਪਸ ਦੇ ਵਿੱਚ ਕਾਫੀ ਵੱਡੇ ਸਵਾਲੀਆ ਜਵਾਬ ਖੜੇ ਕਰ ਰਹੀ ਹੈ ਇਸ ਨਾਲ ਹੀ ਮੌਕੇ ਤੇ ਪੁਲਿਸ ਦੇ ਵੱਲੋਂ ਜਿਹੜਾ ਸੈਕਸ਼ਨ ਐਨ ਡੀ ਆਰ ਐਫ ਹੁੰਦਾ ਹੈ ਪੰਜਾਬ ਤੇ 42 ਦੀ ਪਾਲਣਾ ਕਰਨੀ ਚਾਹੀਦੀ ਸੀ ਸੀਕਰਟ ਇਨਫਾਰਮੇਸ਼ਨ ਹੋਣ ਦੇ ਬਾਵਜੂਦ ਨਾਤੇ ਪੁਲਿਸ ਦੇ ਵੱਲੋਂ ਡੀਡੀਆਰ ਕੱਟੀ ਗਈ ਤੇ ਨਾ ਹੀ ਕੋਈ ਇੰਡੀਪੈਂਡੈਂਟ ਗਵਾਹ ਨੂੰ ਸ਼ਾਮਿਲ ਕੀਤਾ ਗਿਆ ਇਸ ਤੋਂ ਬਾਅਦ ਹੁਣ ਤੱਕ ਵੀ ਇਹ ਮਾਮਲਾ ਨਹੀਂ ਸੁਲਝਿਆ ਜੋ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਹੈ ਜਿਸ ਕਾਰਨ ਇੱਕ ਪਾਸੇ ਤਾਂ ਪੰਜਾਬ ਪੁਲਿਸ ਕਾਫੀ ਵੱਡੇ ਦਾਅਵੇ ਕਰ ਰਹੀ ਕਿ ਅਸੀਂ ਨਗਾ ਨਸ਼ੇ ਨੂੰ ਖਤਮ ਕਰਨਾ ਚਾਹੁੰਦੇ ਪਰ ਉੱਥੇ ਹੀ ਬਠਿੰਡਾ ਦੇ ਇਹ ਮਾਮਲਾ ਆਪੋ ਆਪਣੇ ਦੇ ਵਿੱਚ ਕਾਫੀ ਵੱਡਾ ਹੈ ਤੇ ਪੋਲਾ ਕਾਫੀ ਜ਼ਿਆਦਾ ਖੋਲ ਰਿਹਾ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਦਿਨੋ ਦਿਨ ਨਸ਼ੇ ਦਾ ਦਲਦਲ ਬਣਦੀ ਜਾ ਰਹੀ ਹੈ ਤੇ ਪੰਜਾਬ ਦੀ ਜਵਾਨੀ ਇਸ ਦੇ ਵਿੱਚ ਰੁਲਦੀ ਚਾਰੀਏ ਤੇ ਸਭ ਤੋਂ ਵੱਡਾ ਮਾਮਲਾ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਨਸ਼ਾ ਆਂਦਾ ਹੈ ਤੇ ਪੁਲਿਸ ਦੇ ਵੱਲੋਂ ਜਿਹੜੇ ਗਵਾਹ ਤਾਂ ਫੜ ਲਏ ਜਾਂਦੇ ਪਰ ਪੁਲਿਸ ਇਹ ਸਾਬਿਤ ਨਹੀਂ ਕਰ ਪਾਉਂਦੀ ਹੈ ਕਿ ਜਿਹੜੇ ਲੋਕਾਂ ਨੂੰ ਪੁਲਿਸ ਨੇ ਫੜਿਆ ਹੈ ਕਿ ਉਹਨਾਂ ਦੀ ਨਾ ਹੀ شناخت ਕਰ ਪਾਉਂਦੀ ਹੈ ਤੇ ਨਾ ਹੀ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰ ਪਾਉਂਦੀ ਹੈ ਤੇ ਨਾ ਹੀ ਕੋਈ ਗਵਾਹ ਬਣਾ ਪਾਉਂਦੀ ਹੈ ਕਾਫੀ ਸਵਾਲਾ ਦੇ ਘੇਰੇ ਦੇ ਵਿੱਚ ਹੈ ਆਉਣ ਵਾਲਾ ਵਕਤ ਦੱਸ ਸਕਦਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਕਾਰਵਾਈ ਹੋਵੇਗੀ ਪਰ ਇਸ ਤਰੀਕੇ ਦੇ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ